ਪਰਮ ਸਤਿਕਾਰ ਯੋਗ ਗੁਰੂ ਪਿਆਰੇ ਖਾਲਸਾ ਜੀ, ਬੁਲਾਵੋ ਫਤਿਹ, ਆਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੱਲ ਕਰਨ ਜਾ ਰਹੇ ਹਾਂ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਦੀ। ਜਿਸ ਘਰ ਵਿੱਚ ਬਜ਼ੁਰਗ ਮਾਤਾ ਪਿਤਾ ਬੈਠੇ ਹਨ, ਉਹਨਾਂ ਨੂੰ ਤੀਰਥ ਜਾਣ ਦੀ ਲੋੜ ਨਹੀਂ, ਤੀਰਥ ਉਹਨਾਂ ਦੇ ਘਰ ਵਿੱਚ ਹੀ ਹੈ। ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਉਹਨਾਂ ਨੂੰ ਬਾਹਰ ਭੱਜਣ ਦੀ ਲੋੜ ਨਹੀਂ। ਸਭ ਤੋਂ ਪਹਿਲਾਂ ਸੁਬਾਹ ਉੱਠ ਕੇ ਰੱਬ ਵਰਗੇ ਮਾਤਾ ਪਿਤਾ ਦੇ ਚਰਨਾਂ ਤੇ ਮੱਥਾ ਟੇਕ ਲੈਣ। ਕਹਿੰਦੇ ਨੇ ਬਈ, ਪੁੱਤਰ ਜਗ ਤੇ ਸਹਾਰਾ ਨੇ ਮਾਪਿਆਂ ਦਾ, ਉਹ ਮਹਾਨ ਪੁੱਤਰ ਜੋ ਸਹਾਰਾ ਬਣ ਗਏ, ਲੱਖ ਲਾਹਣਤਾਂ ਉਹਨਾਂ ਪੁੱਤਰਾਂ ਦੇ ਜਿਹਨਾਂ ਹੁੰਦਿਆਂ ਸਹਾਰਾ ਬਿਰਧ ਆਸ਼ਰਮ ਬਣ ਗਏ। ਕਈ ਮਾਤਾ ਪਿਤਾ ਪੁੱਤਰਾਂ ਦੇ ਹੁੰਦਿਆਂ ਬਿਰਧ ਆਸ਼ਰਮ ਵਿੱਚ ਦਿਨ ਬਤੀਤ ਕਰ ਰਹੇ ਹਨ, ਉਹਨਾਂ ਪੁੱਤਰਾਂ ਨੂੰ ਲਾਹਣਤਾਂ ਪਾਉਂਦਾ ਹੋਇਆ ਲਿਖਾਰੀ ਕੇਸਰ ਸਿੰਘ ਸਰਾਈ ਭੋਰਲੇ ਆਪਣੀ ਕਲਮ ਰਾਹੀਂ ਸਮਝਾਉਣਾ ਕਰ ਰਿਹਾ ਹੈ, ਜਿਸ ਨੂੰ ਦਾਸ ਸਤਨਾਮ ਸਿੰਘ ਸ਼ਾਂਤ ਮਾਜਰੇ ਵਾਲੇ ਨੇੜੇ ਖੰਨਾ, ਸਾਥੀ ਭਾਈ ਜਗਜੀਤ ਸਿੰਘ ਲੱਦੜ ਹਰਿਓ ਕਲਾਂ ਵਾਲੇ, ਭਾਈ ਦਵਿੰਦਰ ਸਿੰਘ ਦੀਵਾਨਾ ਬਗਲੀ ਕਲਾਂ ਵਾਲੇ, ਸਾਰੰਗੀ ਮਾਸਟਰ ਗੁਰਿੰਦਰ ਸਿੰਘ ਬੀ ਏ ਢਾਡੀ ਜਥਾ ਇਉਂ ਬਿਆਨ ਕਰ ਰਿਹਾ ਜੀ।